ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਹਰ ਦਿਨ ਦੇ ਨਾਲ ਪਖਾਇਆ ਜਾ ਰਿਹਾ। ਉਹਨਾਂ ਸਰਦੂਲਗੜ੍ਹ ਦੇ ਵੱਖ ਵੱਖ ਪਿੰਡਾਂ 'ਚ ਚੋਣ ਜਲਸਿਆਂ ਨੂੰ ਜਿੱਥੇ ਸੰਬੋਧਿਤ ਕੀਤਾ, ਉੱਥੇ ਐਲਾਨ ਕੀਤਾ ਇਸ ਵਾਰ ਪੰਜਾਬ ਦੀਆਂ 13 ਸੀਟਾਂ 'ਤੇ ਅਕਾਲੀ ਭਾਜਪਾ ਸਰਕਾਰ ਜਿੱਤ ਹਾਸਲ ਕਰੇਗੀ। ਰੱਬ ਬਚਾ ਕੇ ਰੱਖੇ ਇਹਦੇ ਮਾੜੇ ਮਨਸੂਬਿਆਂ ਤੋਂ, ਜਿੱਥੇ ਆਪ ਦੀ ਕੁਰਸੀ ਦੀ ਲਾਲਚ ਵਿੱਚ ਹਰ ਵਰਗ ਨੂੰ ਝੂਠ ਹੀ ਨਹੀਂ ਮਾਰ ਗਿਆ, ਧੋਖਾ ਹੀ ਨਹੀਂ ਦੇ ਗਿਆ, ਧੋਖਾ ਕਿਸਾਨਾਂ ਦੇ ਕਰਜ਼ਾ ਮਾਫੀ ਦਾ, ਧੋਖਾ ਘਰ ਘਰ ਦੀ ਨੌਕਰੀ ਦਾ, ਧੋਖਾ ਗਰੀਬਾਂ ਦੇ ਨਾਲ ਜਿਹੜਾ ਉਹਨਾਂ ਦੇ ਕਾਰਡ ਖੋਲ੍ਹ ਦਿੱਤੇ, ਜਦ ਕਹਿੰਦਾ ਸੀ ਵਧਾਵਾਂਗਾ 10 ਚੀਜ਼ਾਂ ਹੋਰ ਦੇਵਾਂਗਾ, ਕੱਟ ਦਿੱਤੀਆਂ ਪੈਨਸ਼ਨਾਂ, ਬੰਦ ਕਰਤੇ ਸ਼ਗਨ ਦੇ ਚੈੱਕ, ਆਪ ਦੀ ਕੁਰਸੀ ਦੇ ਲਾਲਚ 'ਚ ਸਾਰਿਆਂ ਨੂੰ ਲਾਰੇ ਲਾ ਕੇ ਝੂਠ ਮਾਰ ਕੇ ਕੁਰਸੀ 'ਚ ਜਦ ਬਹਿ ਗਿਆ, ਹੁਣ ਇਹ ਬੰਦਾ ਜਿਹਨੇ ਝੂਠੀ ਸੌਂਹਾਂ ਵੀ ਖਾਧੀਆਂ ਗੁਰੂ ਸਾਹਿਬ ਦੇ ਨਾਂ 'ਚ, ਜਿਹਨਾਂ ਝੂਠੀ ਸੌਂਹਾਂ ਖਾਧੀਆਂ ਅਕਾਲ ਤਖ਼ਤ ਸਾਹਿਬ ਵੱਲ ਮੂੰਹ ਕਰਕੇ ਕਿ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗਾ, ਗਲੀ ਗਲੀ ਤਾਂ ਨਸ਼ੇ ਪਹੁੰਚਾ ਦਿੱਤੇ, ਅੱਜ ਇਹੋ ਜਿਹਾ ਇਨਸਾਨ ਝੂਠੀ ਸੌਂਹਾਂ ਖਾਣ ਵਾਲਿਆ, ਜਿਹਨਾਂ ਇਸ ਪਾਰਟੀ ਦਾ ਪਿਛੋਕੜ ਟੈਂਕਾਂ ਤੋਪਾਂ ਨਾਲ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਕੀਤੇ, ਸਿੱਖ ਧਰਮ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ, ਬੇਕਸੂਰਾਂ ਦੇ ਗਲਿਆਂ 'ਚ ਟਾਇਰ ਪਾ ਪਾ ਕੇ ਸਾੜ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਭਰਾਵਾਂ ਨੂੰ ਮਾਰਤਾ, ਅਤੇ ਉਹਨਾਂ ਦੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਸਜਾਰ ਕੇ ਸਵਾਰ ਕੇ ਰੱਖਿਆ। ਅੱਜ ਇਹੋ ਜਿਹੀ ਪਾਰਟੀਆਂ SGPC ਲੜਨਗੇ, ਕੈਪਟਨ ਸਾਹਿਬ ਨੇ ਬਿਲਕੁਲ ਬੇਨਕਾਬ ਕਰਤਾ ਕਿ ਕਾਂਗਰਸ ਪਾਰਟੀ ਦੇ ਮਨਸੂਬੇ ਸਿੱਖਾਂ ਦੇ ਪ੍ਰਤੀ, ਸਾਡੇ ਧਾਰਮਿਕ ਸਥਾਨਾਂ ਦੇ ਪ੍ਰਤੀ, ਇਹਨੂੰ ਨਸ਼ਟ ਕਰਕੇ ਖਤਮ ਕਰਨ ਦੇ ਢੇਰ ਢੇਰੀ ਕਰਨ ਦਾ ਜਿਹੜੇ ਕੋਸ਼ਿਸ਼ ਕੀਤੇ ਸੀ, ਹੁਣ ਕੈਪਟਨ ਸਾਹਿਬ ਬਚੀ ਕੁਚੀ ਕਸਰ ਕੱਢਣ ਵਾਸਤੇ ਨੇ। ਲੇਕਿਨ ਮੇਰੇ ਹਿਸਾਬ ਨਾਲ ਜਿਹੜਾ ਸਿੱਖ ਇਹਨੂੰ ਮੂੰਹ ਲਾਊਗਾ, ਮੈਨੂੰ ਨਹੀਂ ਲੱਗਦਾ ਜੇ ਕੈਪਟਨ ਸਾਹਿਬ ਦੇ ਇੰਨੇ ਝੂਠ ਦੇ ਬਾਅਦ, ਝੂਠੀ ਸੌਂਹ ਦੇ ਬਾਅਦ ਵੀ ਕੋਈ ਮੂੰਹ ਲਾਊਗਾ ਇਹਨੂੰ, ਫਿਰ ਉਹ ਗੁਰੂ ਨੂੰ ਆਪ ਹੀ ਜਵਾਬਦੇਹ ਹੋਊਗਾ। ਨਾਲ ਹੀ ਹਰਸਿਮਰਤ ਬਾਦਲ ਦੇ ਇਸ ਪ੍ਰਚਾਰ ਨੂੰ ਉਸ ਵੇਲੇ ਹੰਗਾਰਾ ਮਿਲਿਆ ਜਦੋਂ 14 ਤੋਂ ਵੱਧ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ ਹੋ ਗਏ। ਮਾਨਸਾ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563।